नमस्कार, प्रोग्राम तारे आखते ने वेख रहे साढ़े सारे ही दर्शकों का बहुत बहुत स्वागत है। प्यारे दर्शकों, अज भी असी गल करांगे कुछ वास्तु दियां बहुत ही इंपॉर्टेंट गल्लां दे बारे, जिन्हां दे नाल तुसी अपनी जिंदगी नूं बहुत वधिया बना सकते हो। सब तो पहला तां सवेरे सवेरे 6 बजे तो 8 बजे दे विच विच पूजा करनी सब तो वधिया रहिंदी है। जे जमीन दे उत्ते आसन बिछा के पूर्व दे पासे मुख करके या उत्तर दे पासे मुख करके बैठते हो तां बहुत वधिया है। पूजा दा आसन जूट दा या कुशा दा होवे तां बहुत वधिया है। ਘਰ ਦੀ ਪਹਿਲੀ ਰੋਟੀ ਜਿਹੜੀ ਗਾਂ ਦੇ ਲਈ ਕੱਟੋ, ਇਹਦੇ ਨਾਲ ਦੇਵਤਾ ਵੀ ਖੁਸ਼ ਹੁੰਦੇ ਆ ਅਤੇ ਪਿੱਤਰਾਂ ਨੂੰ ਵੀ ਸ਼ਾਂਤੀ ਮਿਲਦੀ ਹੈ। ਪੂਜਾ ਘਰ ਦੇ ਵਿੱਚ ਹਮੇਸ਼ਾ ਹੀ ਜਲ ਦਾ ਇੱਕ ਭਾਂਡਾ ਭਰ ਕੇ ਰੱਖੋ, ਜਿੰਨਾ ਵੀ ਸੰਭਵ ਹੋ ਸਕੇ ਈਸ਼ਾਨ ਕੋਣ ਦੇ ਹਿੱਸੇ ਦੇ ਵਿੱਚ ਉਹ ਹੋਣਾ ਚਾਹੀਦਾ ਹੈ। ਆਰਤੀ, ਦੀਪ, ਪੂਜਾ, ਅਗਨੀ, ਇੱਦਾਂ ਦੇ ਪਵਿੱਤਰਤਾ ਦੇ ਪ੍ਰਤੀਕ ਸਾਧਕਾਂ ਨੂੰ ਫੂਕ ਮਾਰ ਕੇ ਬੁਝਾਉਣੇ ਨਹੀਂ ਚਾਹੀਦੇ। ਜਿੱਦਾਂ ਆਪਾਂ ਜੋਤ ਜਗਾਉਂਦੇ ਹਾਂ ਉਹਦੇ 'ਤੇ ਵੀ ਅਗਰਬੱਤੀ ਜਲਾਉਂਦੇ ਹਾਂ, ਫਿਰ ਅਗਰਬੱਤੀ ਨੂੰ ਫੂਕ ਮਾਰ ਕੇ ਬੁਝਾ ਦਿੰਦੇ ਹਾਂ, ਕੰਮ ਖਰਾਬ ਹੋ ਜਾਂਦਾ, ਜੂਠਾ ਹੋ ਜਾਂਦਾ। ਦੇਵਤਾਵਾਂ ਨੂੰ ਆਪਾਂ ਅਰਪਿਤ ਨਹੀਂ ਕਰ ਸਕਦੇ। ਮੰਦਰ ਦੇ ਵਿੱਚ ਧੂਪ, ਅਗਰਬੱਤੀ, ਹਵਨ ਕੁੰਡ ਦੀ ਸਮੱਗਰੀ ਦਕਸ਼ਿਣ ਪੂਰਬ ਦੇ ਵਿੱਚ ਰੱਖੋ, ਯਾਨੀ ਕਿ ਆਗਨੇ ਕੋਣ ਦੇ ਵਿੱਚ। ਘਰ ਦੇ ਮੁੱਖ ਦੁਆਰ ਦੇ ਉੱਤੇ ਸੱਜੇ ਪਾਸੇ ਸਵਾਸਤਿਕ ਬਣਾਓ। ਘਰ ਦੇ ਵਿੱਚ ਕਦੀ ਵੀ ਜਾਲੇ ਨਾ ਲੱਗਣੇ ਦਿਓ, ਨਹੀਂ ਤਾਂ ਆਪਣੇ ਭਾਗਯ ਅਤੇ ਕਰਮ ਦੇ ਉੱਤੇ ਤੁਹਾਡੇ ਜਾਲੇ ਲੱਗਣਗੇ। ਕਿਸਮਤ ਦੇ ਵਿੱਚ ਬਾਧਾ ਆ ਸਕਦੀ ਹੈ, ਪ੍ਰੋਬਲਮਸ ਆ ਸਕਦੀਆਂ। ਹਫ਼ਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਸਮੁੰਦਰੀ ਨਮਕ ਜਾਂ ਸੇਂਦਾ ਨਮਕ ਦੇ ਨਾਲ ਘਰ ਦੇ ਵਿੱਚ ਪੋਚਾ ਲਗਵਾਓ, ਜਿਹਨਾਂ ਨੈਗੇਟਿਵ ਐਨਰਜੀ ਘਟਦੀ ਹੈ। ਫਿਰ ਕੋਸ਼ਿਸ਼ ਕਰੋ ਕਿ ਸੁਬਾਹ ਦੇ ਪ੍ਰਕਾਸ਼ ਦੀਆਂ ਕਿਰਨਾਂ ਤੁਹਾਡੇ ਪੂਜਾ ਘਰ ਦੇ ਵਿੱਚ ਜ਼ਰੂਰ ਆਉਣ। ਸਭ ਤੋਂ ਪਹਿਲਾਂ ਪੂਜਾ ਘਰ ਦੇ ਵਿੱਚ ਜੇ ਕੋਈ ਪ੍ਰਤਿਸ਼ਠਿਤ ਮੂਰਤੀ ਹੈਗੀ ਹੈ ਤਾਂ ਉਹਦੀ ਪੂਜਾ ਤੁਸੀਂ ਹਰ ਰੋਜ਼ ਨਿਸ਼ਚਿਤ ਰੂਪ ਦੇ ਨਾਲ ਕਰੋ। ਐਸੀ ਵਿਵਸਥਾ ਤੁਸੀਂ ਜ਼ਰੂਰ ਕਰੋ, ਬਹੁਤ ਵਧੀਆ ਰਹੇਗਾ। ਹੁਣ ਛੋਟੀ ਜਿਹੀ ਇੱਕ ਚੀਜ਼ ਕਿ ਪਾਣੀ ਪੀਣ ਦੇ ਲਈ ਸਹੀ ਵਕਤ ਕਿਹੜਾ ਕਿਹੜਾ ਹੈ। ਸਵੇਰੇ ਉੱਠਦੇ ਸਾਰ 3 ਗਲਾਸ ਪਾਣੀ ਦੇ ਪੀਣੇ ਇੰਟਰਨਲ ਐਨਰਜੀਜ਼ ਨੂੰ ਐਕਟੀਵੇਟ ਕਰਦਾ ਹੈ। ਫਿਰ ਨਹਾਉਣ ਤੋਂ ਬਾਅਦ ਜਿਹੜਾ ਹੈ 1 ਗਲਾਸ ਪਾਣੀ ਪੀਣਾ ਬਲੱਡ ਪ੍ਰੈਸ਼ਰ ਨੂੰ ਖਤਮ ਕਰਦਾ ਹੈ। ਫਿਰ 2 ਗਲਾਸ ਪਾਣੀ ਖਾਣੇ ਤੋਂ 30 ਮਿੰਟ ਪੀਣੇ ਹਾਜ਼ਮੇ ਨੂੰ ਦਰੁਸਤ ਰੱਖਦੇ ਹੈ। 1/2 ਗਲਾਸ ਪਾਣੀ ਸੌਣ ਤੋਂ ਪਹਿਲਾਂ ਜੇ ਪੀਂਦੇ ਤਾਂ ਹਾਰਟ ਅਟੈਕ ਤੋਂ ਸਾਨੂੰ ਬਚਾਉਂਦਾ ਹੈ। ਸੋ ਪਿਆਰੇ ਦਰਸ਼ਕੋ, ਹੈ ਤਾਂ ਇਹ ਬੜੀਆਂ ਹੀ ਇੰਪੋਰਟੈਂਟ ਲੇਕਿਨ ਬਹੁਤ ਹੀ ਛੋਟੀਆਂ ਛੋਟੀਆਂ ਚੀਜ਼ਾਂ, ਜਦੋਂ ਅਸੀਂ ਇਹਨਾਂ ਨੂੰ ਫੋਲੋ ਕਰਦੇ ਹਾਂ ਤਾਂ ਨਿਸ਼ਚਿਤ ਰੂਪ 'ਚ ਸਾਡੀ ਲਾਈਫ ਜ਼ਰੂਰ ਚੇਂਜ ਹੁੰਦੀ ਹੈ। ਸੋ ਤੁਸੀਂ ਵੀ ਇਹਨੂੰ ਫੋਲੋ ਕਰਿਓ। ਨਾਲ ਹੀ ਨਾਲ ਤੁਹਾਨੂੰ ਰਿਕੁਐਸਟ ਹੈ ਕਿ ਜੇ ਇਹ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਆਪਣੇ ਦੋਸਤਾਂ ਦੇ ਨਾਲ ਸੋਸ਼ਲ ਮੀਡੀਆ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ। ਅਤੇ ਆਲਰੇਡੀ ਸਾਡੀਆਂ ਜਿਹੜੀਆਂ ਯੂਟਿਊਬ ਦੇ ਉੱਤੇ ਕੁਛ ਹਜ਼ਾਰਾਂ 'ਚ ਵੀਡੀਓਜ਼ ਜਿਹੜੀਆਂ ਹੈ ਤੁਹਾਡੇ ਲਈ ਹਮੇਸ਼ਾ ਹਾਜ਼ਰ ਨੇ ਵੱਖ ਵੱਖ ਟੌਪਿਕਸ ਦੇ ਨਾਲ, ਅਤੇ ਉਹਨਾਂ ਨੂੰ ਜ਼ਰੂਰ ਦੇਖਿਆ ਕਰੋ, ਦੋਸਤਾਂ ਨਾਲ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਜੋਤਿਸ਼ ਦੇ ਨਾਮ 'ਤੇ ਕੋਈ ਤੁਹਾਨੂੰ ਵਹਿਮਾਂ ਭਰਮਾਂ 'ਚ ਪਾ ਕੇ ਠੱਗ ਨਾ ਸਕੇ। ਸਾਡਾ ਜਿਹੜਾ ਯੂਟਿਊਬ ਚੈਨਲ ਹੈ ਐਸਟ੍ਰੋਲੋਜਰ ਸੁਖਵਿੰਦਰ ਲੁਧਿਆਣਾ ਇੰਡੀਆ ਦੇ ਨਾਂ 'ਤੇ, ਉਹਨੂੰ ਸਬਸਕ੍ਰਾਈਬ ਵੀ ਤੁਸੀਂ ਜ਼ਰੂਰ ਕਰਿਓ। ਅਤੇ ਸਾਡਾ ਸੇਮ ਨਾਮ ਤੋਂ ਫੇਸਬੁੱਕ ਪੇਜ ਵੀ ਆ, ਉਹਨੂੰ ਵੀ ਤੁਸੀਂ ਲਾਈਕ ਕਰ ਸਕਦੇ ਹੋ, ਜਿੱਥੇ ਪਈ ਜਿੰਨੀ ਸਮੱਗਰੀ ਹੈ ਉਹਦਾ ਤੁਸੀਂ ਲਾਭ ਉਠਾ ਸਕਦੇ ਹੋ। ਅਤੇ ਵਟਸਐਪ ਨੰਬਰ ਸਾਡਾ 9872620533 'ਤੇ ਐਡ ਕਰਨ ਦੇ ਲਈ ਸਾਨੂੰ ਤੁਸੀਂ ਆਪਣਾ ਨਾਮ, ਕੰਟਰੀ ਨੇਮ, ਸਿਟੀ ਨੇਮ ਭੇਜ ਸਕਦੇ ਹੋ, ਜਿਹਦੇ ਨਾਲ ਸਾਡੇ ਬਹੁਤ ਸਾਰੇ ਸੋਸ਼ਲ ਪ੍ਰੋਜੈਕਟਸ ਦੇ ਬਾਰੇ ਤੁਹਾਨੂੰ ਜਾਣਕਾਰੀ ਮਿਲਦੀ ਰਹੇਗੀ। ਹੁਣ ਪਿਆਰੇ ਦਰਸ਼ਕੋ, ਅੱਜ ਦਾ ਰਾਸ਼ੀਫਲ। ਮੇਸ਼ ਰਾਸ਼ੀ ਵਾਲੇ ਜਾਤਕਾਂ ਨੂੰ ਸਾਰਾ ਦਿਨ ਗੁੱਸਾ ਬਹੁਤ ਜ਼ਿਆਦਾ ਆਉਂਦਾ ਰਹੇਗਾ, ਜਦਕਿ ਵਰਿਸ਼ਠ ਰਾਸ਼ੀ ਵਾਲੇ ਐਗਜ਼ਾਮੀਨੇਸ਼ਨ ਲਈ ਕੰਸਨਟ੍ਰੇਸ਼ਨ ਅੱਛੀ ਬਣ ਸਕਦੀ ਹੈ। ਮਿਥੁਨ ਰਾਸ਼ੀ ਵਾਲੇ ਦਿਮਾਗ ਬਹੁਤ ਥੱਕਿਆ ਰਹੇਗਾ, ਬਹੁਤ ਟਾਇਰਿੰਗ ਫੀਲ ਕਰੋਗੇ, ਜਦਕਿ ਕਰਕ ਰਾਸ਼ੀ ਵਾਲੇ ਮਾਤਾ ਜੀ ਦੀ ਸਿਹਤ ਬਿਹਤਰ ਹੋ ਸਕਦੀ ਹੈ ਜੇ ਕੋਈ ਪ੍ਰੋਬਲਮ ਸੀ ਤਾਂ। ਸਿੰਘ ਰਾਸ਼ੀ ਵਾਲਿਆਂ ਨੂੰ ਜਿਹੜਾ ਹੈ ਲਾਟਰੀ ਸੱਟਾ ਜੂਏ ਤੋਂ ਪਰਹੇਜ਼ ਕਰਨਾ ਚਾਹੀਦਾ, ਧਨ ਹਾਰ ਸਕਦੇ ਹੈ। ਕੰਨਿਆ ਰਾਸ਼ੀ ਵਾਲੇ ਵੱਡੇ ਅਫਸਰਾਂ ਦੀ ਮਦਦ ਨਾਲ ਕੋਈ ਵੱਡਾ ਕੰਮ ਵੀ ਸਿਰੇ ਚੜ੍ਹ ਸਕਦਾ ਹੈ। ਤੁਲਾ ਰਾਸ਼ੀ ਵਾਲੇ, ਕਿਸਮਤ ਅੱਜ ਬਹੁਤ ਕੁਛ ਦੇਣ ਵਾਲੀ ਹੈ। ਵਰਿਸ਼ਚਿਕ ਰਾਸ਼ੀ ਵਾਲੇ, ਅੱਜ ਦਾ ਦਿਨ ਜਿਹੜਾ ਵਿਰੋਧੀ ਵੀ ਤੁਹਾਡੀ ਜੈਕਾਰ ਕਰਨਗੇ, ਕੁਛ ਇੱਦਾਂ ਦਾ ਸੀਨ ਬਣ ਜਾਏਗਾ। ਧਨੂ ਰਾਸ਼ੀ ਵਾਲੇ ਜਾਤਕਾਂ ਦੇ ਲਈ ਅੱਜ ਥੋੜ੍ਹਾ ਜਿਹਾ ਪਰਿਵਾਰ ਦੇ ਨਾਲ ਮਤਭੇਦ ਹੋ ਸਕਦਾ ਹੈ। ਮਕਰ ਰਾਸ਼ੀ ਵਾਲੇ, ਜਿੱਥੇ ਵੀ ਜਾਓਗੇ ਹਰ ਤਰਫ਼ ਤੁਹਾਡੀ ਚਰਚਾ ਹੋਏਗੀ। ਕੁੰਭ ਰਾਸ਼ੀ ਵਾਲਿਆਂ ਦੇ ਲਈ ਅੱਜ ਖਰਚੇ ਵਾਲਾ ਦਿਨ ਜ਼ਿਆਦਾ ਹੈ। ਅਤੇ ਮੀਨ ਰਾਸ਼ੀ ਵਾਲੇ, ਵਿਦੇਸ਼ ਨਾਲ ਸੰਬੰਧਿਤ ਪ੍ਰੋਬਲਮਸ ਅੱਜ ਜ਼ਿਆਦਾ ਵੱਧ ਸਕਦੀਆਂ ਹਨ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ, ਸੁਖਮਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ, ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ, ਜਾਂ ਟੈਲੀਫੋਨਿਕ ਅਪੁਆਇੰਟਮੈਂਟ ਲੈ ਸਕਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡਾ ਐਡਰੈਸ ਨੋਟ ਕਰ ਲਓ। ਐਸਟ੍ਰੋਲੋਜਰ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 'ਤੇ, ਵਟਸਐਪ ਨੰਬਰ ਹੈ 9872620533। ਤੁਸੀਂ ਇਸੇ ਨੰਬਰ 'ਤੇ ਕਾਲ ਕਰਕੇ ਸਾਡੇ ਤੋਂ ਟੈਲੀਫੋਨਿਕ ਅਪੁਆਇੰਟਮੈਂਟ ਦੀ ਬੁਕਿੰਗ ਵੀ ਕਰਵਾ ਸਕਦੇ ਹੋ। ਅਤੇ ਜਿਨ੍ਹਾਂ ਨੂੰ ਨਜ਼ਰ ਦੋਸ਼ ਹੋਇਆ ਜਾਂ ਤੰਤਰ ਦੋਸ਼ ਦੀ ਪ੍ਰੋਬਲਮ ਹੈ, ਉਹ ਵੀ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਮਸ਼ਵਰਾ ਲੈਣ ਲਈ ਆ ਸਕਦੇ ਨੇ। ਸੋ ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਸਾ ਮਾਂ ਦਾ। ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁੱਕ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲੋ।
ਝੂਠ ਤਾਂ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ। ਤਕਦੀਰ ਬਹੁਤ ਹੀ ਵਧੀਆ ਹੋ ਜੂਗੀ ਧੀਆਂ ਦੇ, ਕੋਈ ਖੰਡ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ, ਨਸ਼ਿਆਂ ਤੋਂ ਪਰਹੇਜ਼ ਕਰਿਓ ਅਤੇ ਦਸਵੰਧ ਕੱਢ ਕੇ ਦੇ ਕੰਮਾਂ 'ਚ ਖਰਚ ਕਰਦੇ ਰਹਿਓ। ਤੁਹਾਡੇ ਸਾਰੇ ਸਿਤਾਰੇ ਬਹੁਤ ਜ਼ਿਆਦਾ ਵਧੀਆ ਹੋਣਗੇ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਕੱਲ੍ਹ ਤੱਕ ਲਈ ਨਮਸਕਾਰ।